ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅੱਜ ਆਪਾਂ ਫਿਲਮੀ ਜੋਸ਼ ਵਿੱਚ ਤੁਹਾਡਾ ਹਰਸ਼ੁਕਪ੍ਰੀਤ ਸਿੰਘ ਸਵਾਗਤ ਕਰਦੇ ਹਾਂ। ਇਹ ਮੇਰਾ ਦੂਜਾ ਚੈਨਲ ਵੀ ਹੈਗਾ ਜਿਹਦੇ ਵਿੱਚ ਹਰਸ਼ੁਕ ਵਟਸਐਪ ਅਪਡੇਟਸ ਵੀ ਹੁੰਦਾ ਹੈ। ਉੱਥੇ ਅੱਜ ਆਪਾਂ ਤੁਹਾਨੂੰ ਗੱਲ ਦੱਸਾਂਗੇ ਨਵੇਂ ਗਾਣੇ ਦਾ। ਬ੍ਰੇਕਿੰਗ ਨਿਊਜ਼ ਹੈ, ਜਿਹੜਾ ਨਵਾਂ ਗਾਣਾ ਆ ਚੁੱਕਾ ਹੈ ਅੰਮ੍ਰਿਤ ਮਾਨ ਦਾ, ਜਿਹਦਾ ਨਾਮ ਹੈ ਡਿਫਰੈਂਸ। ਅੱਜ ਕੱਲ੍ਹ ਹੀ ਰਿਲੀਜ਼ ਹੋਇਆ ਗਾਣਾ ਡਿਫਰੈਂਸ ਬੰਬੀਟ ਦਾ ਆਫਿਸ਼ੀਅਲ ਪੇਜ 'ਤੇ, ਯੂਟਿਊਬ ਪੇਜ 'ਤੇ, ਅਤੇ ਅੰਮ੍ਰਿਤ ਮਾਨ ਨੇ ਵੀ ਥੋੜ੍ਹੇ ਟਵਿੱਟਰਸ 'ਤੇ ਆਪਣੇ ਚੀਜ਼ਾਂ ਕੀਤੀਆਂ ਨੇ, ਅਤੇ ਬਹੁਤ ਵਧੀਆ ਮਤਲਬ ਬਣਿਆ ਹੈ ਗਾਣਾ। ਮੈਂ ਸੁਣਿਆ ਬਹੁਤ ਅੱਛੇ ਸਕਰੀਨਸ਼ੋਟਸ ਤੁਹਾਡੇ ਸਾਹਮਣੇ ਨੇ, ਡਰੈਸਅਪ ਉਹਦਾ ਬਹੁਤ ਅੱਛਾ ਹੈ, ਗੱਡੀਆਂ ਉਹਨੇ ਦੇਖੋ ਕਿੰਨੀ ਵੱਡੀਆਂ ਵੱਡੀਆਂ ਲਈਆਂ ਸੀਗੀਆਂ ਦੋਨੋਂ, ਦੇਖੋ ਕੁੜੀਆਂ ਦਾ ਮਤਲਬ ਸਾਰਾ ਗੈਟਅਪ, ਸਾਰੀ ਚੀਜ਼ਾਂ ਬਹੁਤ ਅੱਛੀ ਲੱਗ ਰਹੀਆਂ ਨੇ। ਇਹ ਗਾਣਾ ਬਹੁਤ ਵਧੀਆ ਹੈ, ਅਤੇ ਇਹਦਾ ਵਟਸਐਪ ਸਟੇਟਸ ਡਾਊਨਲੋਡ ਕਰਨ ਲਈ ਤੁਸੀਂ ਕੋਈ ਵੀ ਪੇਜ 'ਤੇ ਜਾ ਸਕਦੇ ਹੋ। ਯੂਟਿਊਬ 'ਤੇ ਅਸੀਂ ਕਿਉਂ ਨਹੀਂ ਪਾਉਂਦੇ? ਅਸੀਂ ਪਿਛਲੀ ਵੀਡੀਓ 'ਚ ਵੀ ਇਹੀ ਕਿਹਾ ਅਸੀਂ ਕਿਉਂ ਨਹੀਂ ਵਟਸਐਪ ਸਟੇਟਸ ਪਾਉਂਦੇ, ਕਿਉਂਕਿ ਉਹ ਕਾਪੀਰਾਈਟਿਡ ਹੁੰਦੇ ਨੇ। ਅਸੀਂ ਕਿਸੇ ਆਪਣਾ ਚੈਨਲ 'ਤੇ ਕਾਪੀਰਾਈਟ ਨਹੀਂ ਲੈਣਾ ਚਾਹੁੰਦੇ, ਇਸ ਕਰਕੇ ਸਾਨੂੰ ਅਸੀਂ ਨਹੀਂ ਪਾ ਸਕਦੇ। ਤੁਸੀਂ ਕੋਈ ਵੀ ਚੈਨਲ 'ਤੇ ਜਾ ਕੇ ਜਾਂ ਇਹਦਾ ਆਫਿਸ਼ੀਅਲ ਡਾਊਨਲੋਡ ਕਰਕੇ ਵਟਸਐਪ ਸਟੇਟਸ 'ਤੇ ਆਪਣੇ ਟ੍ਰਿਮ ਹੋ ਜਾਏਗਾ 30 ਸੈਕਿੰਡ ਦਾ ਵੀਡੀਓ, ਉਹ ਕਰ ਸਕਦੇ ਹੋ। ਥੈਂਕ ਯੂ ਫੋਰ ਵਾਚਿੰਗ ਦਿਸ ਵੀਡੀਓ, ਪਲੀਜ਼ ਸਬਸਕ੍ਰਾਈਬ ਅਵਰ ਚੈਨਲ।